ਅਤੇ ਸ਼੍ਰੀ ਕਾਲਜੀ ਆਸਟ੍ਰੇਲੀਆ ਗਏ ਦੀਪ ਸਰਦਾਰਨੀ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ ਆਪਣੀ ਮੈਰਿਜ ਦੌਰਾਨ ਚਰਚਾ ਵਿੱਚ ਆਉਣ ਵਾਲੀ ਦੀਪ ਸਰਦਾਰਨੀ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਇਸ ਤੋਂ ਪਹਿਲਾਂ ਦੀਪ ਸਰਦਾਰਨੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕੀਤਾ ਜਿੱਥੇ ਉਹਨਾਂ ਦੇ ਫਾਦਰ ਦੀ ਮੌਤ ਹੋ ਗਈ ਸੀ ਅਤੇ ਉਹਨਾਂ ਦਾ ਭਰਾ ਅਤੇ ਮਾਤਾ ਜੀ ਦੋਨੇ ਮਾਨਸਿਕ ਤੌਰ ਤੇ ਠੀਕ ਨਹੀਂ ਸਨ ਇਨਾ ਹੀ ਨਹੀਂ ਗੁਰਦੀਪ ਸਿੰਘ ਦੇ ਨਾਲ ਵਿਆਹ ਨੂੰ ਲੈ ਕੇ ਵੀ ਉਹਨਾਂ ਦੀ ਲਾਈਫ ਦੇ ਵਿੱਚ ਕਾਫੀ ਪ੍ਰੋਬਲਮਜ਼ ਆਈਆਂ ਪਰ ਫਾਈਨਲੀ ਉਹਨਾਂ ਦੀ ਮੈਰਿਜ ਤੋਂ ਬਾਅਦ ਉਹਨਾਂ ਦੀ ਲਾਈਫ ਇੱਕਦਮ ਚੇਂਜ ਹੋ ਗਈ ਜਿੱਥੇ ਪਹਿਲਾਂ ਤਾਂ ਉਹਨਾਂ ਨੂੰ ਇੱਕ ਚੰਗਾ ਹਸਬੰਦ ਅਤੇ ਚੰਗਾ ਸੋਹਰਾ ਪਰਿਵਾਰ ਮਿਲਿਆ ਉਸ ਤੋਂ ਬਾਅਦ ਉਹ ਆਸਟ੍ਰੇਲੀਆ ਚਲੇ ਗਏ ਅਤੇ ਹੁਣ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਗਾਤਾਰ 4 ਸਾਲ ਮਿਹਨਤ ਕਰਨ ਦਾ ਫਲ ਮਿਲ ਗਿਆ ਹੈ ਦਰਅਸਲ ਅੱਜ ਉਹਨਾਂ ਦਾ ਇੰਸਟਾਗ੍ਰam ਅਕਾਊਂਟ ਵੈਰੀਫਾਈਡ ਹੋ ਗਿਆ ਹੈ ਅਤੇ ਉਸ ਦੇ ਨਾਲ ਬਲੂ ਟਿਕ ਲੱਗ ਚੁੱਕੀ ਹੈ ਜੈਸਦੀ ਖੁਸ਼ੀ ਉਹਨਾਂ ਨੇ ਆਪਣੀ ਸਟੋਰੀ ਦੇ ਵਿੱਚ ਅਕਾਊਂਟ ਵੈਰੀਫਾਈਡ ਲਿਖ ਕੇ ਜ਼ਾਹਿਰ ਕੀਤੀ ਜਿਸ ਤੋਂ ਬਾਅਦ ਉਹਨਾਂ ਦੇ ਫੈਨਜ਼ ਉਹਨਾਂ ਨੂੰ ਲਗਾਤਾਰ ਕੰਗ੍ਰੈਚੁਲੇਸ਼ਨਸ ਕਹਿ ਰਹੇ ਨੇ ਉਥੇ ਜੇਕਰ ਆਪਾਂ ਗੱਲ ਕਰੀਏ ਉਹਨਾਂ ਦੇ ਫਾਲੋਅਰਜ਼ ਦੀ ਤਾਂ ਦੀਪ ਸਰਦਾਰਨੀ ਦੇ 3 ਲੱਖ ਫਾਲੋਅਰਜ਼ ਇੰਸਟਾਗ੍ਰਾਮ ਤੇ ਕੰਪਲੀਟ ਹੋ ਚੁੱਕੇ ਨੇ ਅਤੇ ਉਹ ਲਗਾਤਾਰ ਆਪਣੇ ਅਕਾਊਂਟ ਤੇ ਕੋਈ ਨਾ ਕੋਈ ਵੀਡੀਓ ਸਾਂਝੀ ਕਰਦੀ ਰਹਿੰਦੀ ਹੈ ਕਿ ਤੁਸੀਂ ਇਸ ਮੌਕੇ ਤੇ ਦੀਪ ਸਰਦਾਰਨੀ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ